ਚਲੋ ਆਪਾਂ ਵਿਖਾਉਂਦੇ ਹਾਂ ਵੀ ਅੱਜ ਕਹਿੰਦਾ ਕਿੱਡਾ ਸਿਆਣਾ ਹੁੰਦਾ। ਚੱਲ ਪਏ ਹੁਣ, ਬਸ ਹੁਣ ਥੱਲੇ ਜਾ ਕੇ ਰੁਕਣਗੇ, ਥੱਲੇ ਜਾ ਕੇ। ਤਕਰੀਬਨ ਥੱਲਿਓਂ ਲੈ ਕੇ ਉੱਪਰ ਤੱਕ 1 ਕਿਲੋਮੀਟਰ ਦੀ ਚੜ੍ਹਾਈ ਹੈ। ਇਸ ਪੂਰੀ ਪਹਾੜ ਦੀ ਚੜ੍ਹਾਈ ਦੇ ਉੱਤੇ ਇੱਟਾਂ ਲੈ ਕੇ ਆ ਰਹੇ ਨੇ। ਸਮੇਂ ਦੇ ਨਾਲ ਨਾਲ ਪੰਜਾਬ ਨੇ ਬਹੁਤ ਤਬਦੀਲੀਆਂ ਵੇਖੀਆਂ, ਬਹੁਤ ਕੁਝ ਪੰਜਾਬ ਦੇ ਵਿੱਚ ਬਦਲਿਆ, ਪੰਜਾਬ ਦੇ ਬਹੁਤ ਕਿੱਤੇ ਬਦਲ ਗਏ, ਬਹੁਤ ਸਾਰਾ ਕੰਮ ਬਦਲ ਗਿਆ। ਪੰਜਾਬ ਹੀ ਨਹੀਂ ਬਲਕਿ ਹਰ ਜਗ੍ਹਾ ਦੇ ਵਿੱਚ ਜਦੋਂ ਅਪਡੇਟ ਹੁੰਦਾ ਸਿਸਟਮ ਤਾਂ ਬਹੁਤ ਕੁਝ ਬਦਲਦਾ। ਵਿਖਾਵਾਂਗੇ ਕਿ ਪੰਜਾਬ ਦੀ ਵਿਰਾਸਤ ਦੇ ਵਿੱਚ ਬਹੁਤ ਕੁਝ ਸੀ, ਪੰਜਾਬ ਦੀ ਵਿਰਾਸਤ ਦੇ ਵਿੱਚ ਗੱਦਿਆਂ ਖੱਚਰਾਂ ਦਾ ਬਹੁਤ ਵੱਡਾ ਜਿਹੜਾ ਇਹ ਕਹਿ ਸਕਦੇ ਹਾਂ ਕਿ ਯੋਗਦਾਨ ਰਿਹਾ ਪੰਜਾਬ ਨੂੰ ਡਿਵੈਲਪਮੈਂਟ ਕਰਨ ਦੇ ਲਈ। ਇਹ ਅਸਲ ਦੇ ਵਿੱਚ ਇਹ ਟਰੈਕਟਰ ਸੀ, ਇਹ ਉਸ ਵਕਤ ਦੇ ਟਰੈਕਟਰ ਨੇ ਜਦੋਂ ਕੁਝ ਨਹੀਂ ਸੀ ਹੁੰਦਾ, ਜਦੋਂ ਮਸ਼ੀਨਰੀ ਨਹੀਂ ਸੀ ਹੁੰਦੀ, ਅਤੇ ਇਹ ਪਹਾੜਾਂ ਤੱਕ ਸਮਾਨ ਲਿਆਉਣ ਦੇ ਕੰਮ ਆਉਂਦੇ ਸੀ। ਬਾਪੂ ਹੁਣਾਂ ਨਾਲ ਗੱਲਬਾਤ ਕਰਾਂਗੇ ਅੱਜ ਵੀ ਇਹਨਾਂ ਦੇ ਉੱਤੇ, ਜਿਹੜਾ ਇਹਨੂੰ ਪੰਜਾਬੀ 'ਚ ਕਹਿੰਦੇ ਗਧਿਆਂ ਵਾਂਗ ਕੰਮ ਕਰਨਾ, ਜਿਹੜਾ ਪੰਜਾਬ 'ਚ ਕਹਾਵਤ ਵਰਦੇ ਆ ਕਿ ਗਧਿਆਂ ਵਾਂਗ ਕੰਮ ਕਰਦੇ ਨੇ ਬੰਦੇ, ਖਾਸ ਕਰਕੇ ਵਿਦੇਸ਼ਾਂ 'ਚ ਜਾ ਕੇ। ਅਸਲ 'ਚ ਅੱਜ ਆ ਵੇਖਿਆ ਕਿ ਗਧੇ ਕੰਮ ਕਿਵੇਂ ਕਰਦੇ ਨੇ। ਤਕਰੀਬਨ ਥੱਲਿਓਂ ਲੈ ਕੇ ਉੱਪਰ ਤੱਕ 1 ਕਿਲੋਮੀਟਰ ਦੀ ਚੜ੍ਹਾਈ ਹੈ। ਇਸ ਪੂਰੀ ਪਹਾੜ ਦੀ ਚੜ੍ਹਾਈ ਦੇ ਉੱਤੇ ਇੱਟਾਂ ਲੈ ਕੇ ਆ ਰਹੇ ਨੇ। ਗੱਲਬਾਤ ਕਰਾਂਗੇ ਬਾਪੂ ਲਗਾਤਾਰ, ਬਾਪੂ ਉਹਨਾਂ ਨਾਲ ਜਦੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਹਿੰਦੇ ਕਿ 40 ਕੁ ਸਾਲ ਹੋ ਗਏ ਆ ਸਾਰਾ ਕੰਮ ਕਰਦਿਆਂ ਨੂੰ। ਬਾਪੂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ। ਸਿਹਤਾਂ ਠੀਕ ਨੇ? ਸਿਹਤਾਂ ਠੀਕ ਹੈ ਜੀ। 9/9 ਨੇ? 9/9 ਜੀ। ਅਤੇ ਇਹ ਤਾਂ ਹੁਣ ਕਹਿੰਦੇ ਵੀ ਪਹਾੜਾਂ ਪਹੂੜਾਂ 'ਤੇ ਲਿਆਉਣ ਲਈ ਸਮਾਨ ਬਹੁਤ ਚੀਜ਼ਾਂ ਆ ਗਈਆਂ, ਥੱਲੇ ਕਰੇਨ ਜੀ ਲੱਗ ਜਾਂਦੀ ਹੈ, ਸਮਾਨ ਉੱਤੇ ਆ ਜਾਂਦਾ, ਅਤੇ ਇਹ ਹਜੇ ਵੀ ਇਹਨਾਂ ਨਾਲ ਚੱਲੀ ਜਾਂਦਾ ਕੰਮ? ਹਾਂਜੀ ਬਿਲਕੁਲ ਜੀ, ਹਜੇ ਵੀ ਹੈ ਜੀ ਕੰਮ। ਹਾਂ, ਇਹਨਾਂ ਦਾ ਕੰਮ ਹੈਗਾ ਜੀ। ਇਹ ਹੈ ਕੀ ਅਸਲ 'ਚ? ਇਹ ਖੋਤੇ ਆ ਜੀ। ਖੋਤੇ? ਹਾਂਜੀ। ਗਧੇ ਕਹਿੰਦੇ ਨੇ ਜਿਹਨਾਂ? ਹਾਂਜੀ, ਇਹਨਾਂ ਨੂੰ ਗਧੇ ਕਹਿੰਦੇ ਜੀ। ਹਾਂਜੀ, ਕਹਿੰਦੇ ਪੰਜਾਬੀ ਦੀ ਕਹਾਵਤ ਆ, ਕਹਿੰਦੇ ਗਧਿਆਂ ਵਾਂਗ ਬੰਦੇ ਨੂੰ ਕੰਮ ਕਰਾਉਂਦੇ ਨੇ। ਇਹ ਵਾਕਿਆ ਸਹੀ ਆ ਜੀ? ਸਹੀ ਆ ਜੀ, ਇਹ ਕਰਦੇ ਨੇ ਕੰਮ ਬਿਲਕੁਲ ਪੂਰਾ। ਕਿੰਨੇ ਘੰਟੇ ਕੰਮ ਕਰਦੇ ਨੇ? 8 ਘੰਟੇ ਕੰਮ ਕਰਦੇ ਜੀ ਇਹ। ਹਾਂਜੀ, ਲਗਾਤਾਰ 1 ਵਾਰ ਖਾ ਪੀ ਕੇ? ਹਾਂਜੀ, ਘੰਟੇ ਕੁ ਦੀ ਰੈਸਟ ਦਿੰਦੇ ਜੀ ਵਿੱਚ। ਹਾਂਜੀ, ਅਤੇ ਇੱਕ ਹੋਰ ਗੱਲ ਸੁਣੀ, ਕਹਿੰਦੇ ਗਧੇ ਨੂੰ 1 ਵਾਰ ਕਿਸੇ ਰਾਹ 'ਤੇ ਤੋਰ ਦਿਓ ਅਤੇ ਉਸੇ ਰਾਹ 'ਤੇ ਤੁਰਿਆ ਚੱਲਦਾ, ਮੁੜ ਕੇ ਉਹਨੂੰ ਲੋੜ ਨਹੀਂ ਮੁੜਨ ਦੀ। ਹਾਂਜੀ ਸੱਚ ਆ ਜੀ, ਇਹ ਗੱਲ ਯਾਦ ਕਰਦੇ ਨੇ? ਹਾਂਜੀ, 1-2 ਵਾਰੀ ਦੱਸਣਾ ਜੀ, ਫਿਰ ਇਹ ਆਪਣੇ ਆਪ ਚੱਲਦੇ ਜੀ। ਹਾਂਜੀ, ਕਿੰਨੇ ਸਾਲ ਹੋ ਗਏ ਬਾਪੂ ਕੰਮ ਕਰਦਿਆਂ? 40 ਸਾਲ ਹੋ ਗਏ ਜੀ। 40 ਸਾਲ ਪੂਰੇ ਹੋ ਗਏ? ਪੂਰੇ ਹੋ ਗਏ 40 ਸਾਲ। ਕਿੱਥੇ ਕਿੱਥੇ ਕੰਮ ਕਰਦੇ ਹੋ ਹੁਣ ਤੱਕ? ਕੰਮ ਖਤਮ ਹੋਣ ਦੇ ਕਗਾਰ 'ਤੇ ਆ, ਕਿੰਨੇ ਕੁ ਰੱਖੇ ਹੋਏ ਨੇ ਅਜੇ ਇਹ? 4 ਕੁ ਜੀ, ਹੁਣ ਤਾਂ ਕੰਮ ਕਗਾਰ 'ਤੇ ਹੀ ਆ ਜੀ। ਹਾਂਜੀ, ਨਹੀਂ ਮੁੱਕ ਹੀ ਜਾਂਦਾ ਕੰਮ? ਨਹੀਂ, ਕੰਮ ਤਾਂ ਮੁੱਕ ਹੀ ਜਾਂਦਾ ਜੀ, ਪਰ ਫਿਰ ਵੀ ਥੋੜ੍ਹਾ ਬਹੁਤਾ ਚੱਲਦਾ ਜੀ ਪਿੰਡਾਂ 'ਚ। ਪਿੰਡਾਂ 'ਚ ਚੱਲਦਾ ਜੀ, ਜਿੱਥੇ ਨਹੀਂ ਕੋਈ ਸਾਧਨ ਹੈ ਜੀ। ਹਾਂਜੀ, ਇਹ ਸਸਤੇ ਪੈਂਦੇ ਨੇ ਕਿ ਕਰੀਨਾ ਸਸਤੀਆਂ ਪੈਂਦੀਆਂ ਬਾਪੂ? ਨਹੀਂ, ਇਹ ਸਸਤੇ ਪੈਂਦੇ ਜੀ, ਉਹ ਤਾਂ ਮਹਿੰਗਾ ਪੈਂਦਾ ਜੀ। ਇਹ ਕਿੰਨੇ ਕੁ ਦਿਹਾੜੀ ਲੈਂਦਾ ਇੱਕ? ਇਹ ਜੀ 600 ਰੁਪਇਆ। 600 ਰੁਪਏ ਦਿਹਾੜੀ ਇੱਕ ਗਧੇ? ਹਾਂਜੀ। ਕਿੰਨੇ ਘੰਟੇ ਕੰਮ ਕਰਾਉਂਦੇ ਫਿਰ? 8 ਘੰਟੇ 9? 8 ਘੰਟੇ ਵੀ ਫਿਰ ਘੱਟ ਵੱਧ ਵੀ ਹੋ ਜਾਂਦਾ ਜੀ। ਹਾਂਜੀ, ਕੰਮ ਦੇ ਡਿਪੈਂਡ ਹੈ ਜੀ, ਘੱਟ ਵੀ ਲੱਗ ਜਾਂਦਾ ਟਾਈਮ। ਹਾਂਜੀ, ਖਾਣ ਪੀਣ ਨੂੰ ਕੀ ਪਾਉਂਦੇ ਫਿਰ? ਛੋਲੇ ਪਾਉਂਦੇ ਜੀ। ਅੱਛਾ, ਹਾਂਜੀ, ਕਹਿੰਦੇ ਛੋਲੇ ਖਾ ਗਧਿਆਂ ਵਾਂਗ ਕੰਮ ਕਰੀ। ਹਾਂਜੀ ਹਾਂਜੀ, ਬਾਈ ਉੱਧਰ ਵੀ ਲੱਗੇ, ਬਾਈ ਵੀ ਥੱਲਿਓਂ ਲੈ ਕੇ ਆਏ ਸੀ, ਬਾਈ ਨਾਲ ਵੀ ਗੱਲਬਾਤ ਕਰਦੇ ਹਾਂ, ਅਤੇ ਲੱਗੇ ਹੋਏ ਇਹਨਾਂ ਦੇ ਨਾਲ ਡਟੇ ਹੋਏ, ਡਰਨਾ ਹੀ ਪੈਣਾ। ਖੁਸ਼ ਹੋ ਕੰਮ ਤੋਂ? ਕੰਮ ਵਧੀਆ ਜੀ, ਖੁਸ਼ ਰਹਿਣਾ। ਖੁਸ਼ ਹੋ? ਖੁਸ਼ ਹੈ, ਤਸੱਲੀ ਹੈ ਪੂਰੀ ਦਿਲ ਦੀ? ਤਸੱਲੀ ਪੂਰੀ ਹੈ।
ਤਸੱਲੀਪੁਰੀ ਆ ਇਹ ਨਹੀਂ ਜਦੋਂ ਫਿਰ ਜਦੋਂ ਹੁਣ ਕਿਤੇ ਢਿੱਲੇ ਮੱਠੇ ਹੋ ਜਾਂਦੇ ਨੇ ਫਿਰ ਇਹਨਾਂ ਦਾ ਫਿਰ ਕੰਮ ਕਰਦੇ ਕਿੱਦਾਂ ਕਰਦੇ ਇਹਨਾਂ ਦਾ ਕੰਮ ਜਾਂ ਟੀਕੇ ਟੂਕੇ ਲਾ ਕੇ ਰੱਖਦੇ ਮਤਲਬ ਦਵਾਈ ਫਿੱਟ ਰੱਖਦੇ ਪੂਰੇ ਫਿੱਟ ਰੱਖਦੇ ਮੈਂ ਵੇਖਦਾ ਹੀ ਥੱਲਿਓਂ ਅਸੀਂ ਉੱਤੇ ਨੂੰ ਚੜ੍ਹ ਰਹੇ ਸੀ ਅਤੇ ਨਾ ਇਹਨਾਂ ਨਾਲ ਤੁਸੀਂ ਸੀ ਨਾ ਬਾਪੂ ਸੀ ਕੋਈ ਨਹੀਂ ਸੀ ਇਕੱਲੇ ਉੱਤੇ ਨੂੰ ਚੜ੍ਹੇ ਆਉਂਦੇ ਸੀ ਇਹਨਾਂ ਨੂੰ ਪਤਾ ਵੀ ਕਿੱਥੇ ਜਾ ਕੇ ਰੁਕਣਾ ਇਹਨਾਂ ਨੂੰ ਪਤਾ ਏ ਇਹਨਾਂ ਪਤਾ ਏ ਜੇ ਹੁਣ ਇਹਨਾਂ ਨੂੰ ਥੱਲੇ ਨੂੰ ਤੋਰਨਾ ਹੋਵੇ ਕੀ ਕਹਿ ਤੋਰੂਗੇ ਵੀ ਚਲੋ ਥੱਲੇ ਨੂੰ ਇੱਕ ਵੀ ਗਾਣਾ ਬਈ ਚੱਲ ਸਾਡੀ ਬੋਲੀ ਬਾਈ ਚੱਲਦੇ ਹੋਰ ਬੰਦੇ ਬਾਰੇ ਚੱਲਦੇ ਬੋਲੀ 'ਤੇ ਲੱਗੇ ਹੋਏ ਨੇ ਬੋਲੀ 'ਤੇ ਲੱਗੇ ਹਾਂ ਲਾ ਕੇ ਦਿਖਾਓ ਤੋਰ ਕੇ ਦਿਖਾਓ ਲੈ ਆਪਾਂ ਵੇਖਦੇ ਹਾਂ ਚਲੋ ਆਪਾਂ ਵਿਖਾਉਂਦੇ ਹਾਂ ਵੀ ਅੱਜ ਕਹਿੰਦਾ ਕਿੱਡਾ ਸਿਆਣਾ ਹੁੰਦਾ ਅਤੇ ਚੱਲ ਪਏ ਹੁਣ ਬਸ ਹੁਣ ਥੱਲੇ ਜਾ ਕੇ ਰੁਕਣਗੇ ਥੱਲੇ ਜਾ ਕੇ ਹਾਂ ਇਹ ਵਾਕਿਆ ਇਹ 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 ਵੱਡੀ ਗੱਲ ਹੈ ਦੇਖੋ ਇਹ ਪਹਾੜੀ ਹੈ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਪਹਾੜੀ ਅਸਲ ਦੇ ਵਿੱਚ ਅਸੀਂ ਇੱਥੇ ਕਵਰੇਜ ਕਰਨ ਦੇ ਲਈ ਆਏ ਸੀ ਸਿੱਖ ਕੌਮ ਦੀ ਆਖਰੀ ਨਿਸ਼ਾਨੀ ਇੱਥੇ ਬਚੀ ਹੋਈ ਹੈ ਉਸ ਦੀ ਸਾਂਭ ਸੰਭਾਲ ਦਾ ਕੰਮ ਜਿਹੜਾ ਚੱਲ ਰਿਹਾ ਸੋ ਪਹਾੜੀ ਹੈ ਤਕਰੀਬਨ ਕਹਿ ਸਕਦੇ ਹਾਂ ਕਿ 700-800 ਮੀਟਰ ਤਕਰੀਬਨ ਉੱਤੇ ਸਿੱਧੀ ਪਹਾੜੀ ਆ ਉਸ ਪਹਾੜੀ ਦੇ ਉੱਤੇ ਇਹ ਜਿਹੜਾ ਇਹ ਕੰਮ ਕਰ ਰਹੇ ਨੇ ਇਹ ਹੁਣ ਆਪਣੇ ਆਪ ਜਿਹੜਾ ਥੱਲੇ ਨੂੰ ਤੁਰਦੇ ਨੇ ਅਤੇ ਚੜ੍ਹਦੇ ਵੀ ਆਪਣੇ ਆਪ ਨੇ ਇਹ ਇਹ ਸਭ ਤੋਂ ਵੱਡੀ ਵਿਲੱਖਣਤਾ ਇਹਨਾਂ ਦੀ ਸੋ ਗੱਲਬਾਤ ਕਰਾਂਗੇ ਬਾਈ ਹੁਣਾਂ ਦੇ ਨਾਲ ਥੱਲੇ ਉੱਤਰਦੇ ਉੱਤਰਦੇ ਅਤੇ ਹੁਣ ਜੇ ਇਹਨਾਂ ਦੀ ਦਿਹਾੜੀ ਦਿਹੁੜੀ ਕੀ ਚੱਲਦੀ ਉਦੋਂ ਉੱਥੇ ਇੱਥੇ ਲੈ ਕੇ ਆਉਣੀ ਕਿਉਂਕਿ ਬਾਈ ਹੁਣ ਗੱਲ ਕਰਦੇ ਕਹਿੰਦੇ ਵੀ ਜੰਮੂ ਵੀ ਚਲੇ ਜਾਂਦੇ ਉਹਨਾਂ ਨੂੰ ਲੈ ਕੇ ਨਹੀਂ ਜੰਮੂ ਅਸੀਂ ਤਾਂ ਨਹੀਂ ਜਾਂਦੇ ਪਹਾੜ ਪਹਾੜਾਂ ਚੱਲੀ ਜਾਂਦਾ ਸੀ ਪਹਾੜਾਂ ਚੱਲੀ ਜਾਂਦਾ ਜੀ ਮਤਲਬ ਹਿਮਾਚਲ 'ਚ ਬੋਟਾ ਹੋ ਗਿਆ ਲੋਕਲ ਪਿੰਡ ਸਾਡੇ ਨੇੜੇ ਨੇੜੇ ਜੀ ਹੈਗਾ ਜੀ ਮਿਲੀ ਜਾਂਦਾ ਕੰਮ ਕੁੰਮ ਇਹਨਾਂ ਕੰਮ ਮਿਲੀ ਜਾਂਦਾ ਠੀਕ ਹੈ ਸੋ ਸਾਡੇ ਕੈਮਰਾਮੈਨ ਨੂੰ ਵੀ ਥੋੜ੍ਹਾ ਔਖਾ ਹੁੰਦਾ ਪਿਆ ਪੁੱਠਾ ਤੁਰਨਾ ਮੈਂ ਕਿਹਾ ਸਿੱਧਾ ਹੋ ਕੇ ਤੁਰੋ ਵਿਖਾ ਦੇਣਗੇ ਪਰ ਇਹ ਜ਼ਰੂਰ ਹੈ ਕਿ ਇਹ ਵਿਖਾਉਣਾ ਇਸ ਕਰਕੇ ਜ਼ਰੂਰੀ ਸੀ ਕਿ ਪੰਜਾਬ ਦੇ ਵਿੱਚ ਹੌਲੀ ਹੌਲੀ ਹਰ ਚੀਜ਼ ਜਿਹੜੀ ਤਬਦੀਲੀ ਦੇ ਨਾਲ ਨਾਲ ਬਦਲਦੀ ਜਾ ਰਹੀ ਹੈ ਪਰ ਅੱਜ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਇਹਨਾਂ ਜਿਹੜੀਆਂ ਚੀਜ਼ਾਂ ਦਾ ਚੱਲਣ ਹੈਗਾ ਅੱਜ ਜਿਹੜੀਆਂ ਚੀਜ਼ਾਂ ਕਦੇ ਇਤਿਹਾਸ ਦੇ ਵਿੱਚ ਵੇਖਦੇ ਸੀ ਜਿਹੜੀਆਂ ਚੀਜ਼ਾਂ ਨੂੰ ਕਦੇ ਕਿਤਾਬਾਂ ਦੇ ਵਿੱਚ ਪੜ੍ਹਿਆ ਲਿਖਿਆ ਅਤੇ ਉਹਨਾਂ ਦੇ ਬਾਰੇ ਅੱਜ ਉਹ ਚੀਜ਼ਾਂ ਜਦੋਂ ਵੇਖਣ ਨੂੰ ਮਿਲਦੀਆਂ ਨੇ ਤਾਂ ਇਹ ਵਿਖਾਉਣਾ ਜ਼ਰੂਰ ਹੈ ਫਰਜ਼ ਬਣਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਬਹੁਤ ਬੈਕਵਰਡ ਰਹਿ ਗਿਆ ਪਰ ਪੰਜਾਬ ਦੇ ਵਿੱਚ ਹਰ ਚੀਜ਼ ਦਾ ਜਿਹੜਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਬਚਣਾ ਚਾਹੀਦਾ ਸੋ ਇਹ ਇਹ ਤਸਵੀਰ ਹੈ ਜਿਹੜੀ